ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ। ਅਤੇ ਅੱਜ ਦੀ ਅਸੀਂ ਭਰਤੀ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਭਰਤੀ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ। ਇਸ ਦੇ ਵਿੱਚ ਪੂਰੇ ਪੰਜਾਬ ਤੋਂ ਕੈਂਡੀਡੇਟ ਅਪਲਾਈ ਕਰ ਸਕਦੇ ਹਨ। ਤੁਸੀਂ ਕਿਤੋਂ ਵੀ ਹੋ, ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ, ਕੌਣ ਕੌਣ ਅਪਲਾਈ ਕਰ ਸਕਦਾ ਹੈ, ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੇਣ ਜਾ ਰਹੇ ਹਾਂ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦਾ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਜਿੰਨੀਆਂ ਵੀ ਲੇਟੈਸਟ ਵੈਕੈਂਸੀਜ਼ ਹੁੰਦੀਆਂ ਨੇ, ਸਾਰੀਆਂ ਲੇਟੈਸਟ ਵੈਕੈਂਸੀਜ਼ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰੋਗੇ ਅਤੇ ਉੱਥੋਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਤੁਸੀਂ ਲੈ ਸਕਦੇ ਹੋ। ਤਾਂ ਚਲੋ ਚੱਲਦੇ ਹਾਂ ਜੀ, ਅੱਜ ਦੀ ਭਰਤੀ ਦੀ ਗੱਲ ਜਿਹੜੀ ਅਸੀਂ ਕਰਦੇ ਹਾਂ। ਇਹ ਨੋਟੀਫਿਕੇਸ਼ਨ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ। ਸੋ ਇਹ ਫੋਰਮ ਹੈ ਜਿਹੜਾ ਕਿ ਆਫਲਾਈਨ ਤੁਸੀਂ ਭਰ ਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਭੇਜਣਾ ਹੋਏਗਾ। ਇਹ ਪੂਰੀ ਡਿਟੇਲ ਭਰਨੀ ਹੈ ਜੀ ਕੈਪੀਟਲ ਵਰਡਸ ਦੇ ਵਿੱਚ। ਲਾਸਟ ਵਿੱਚ ਆ ਕੇ ਜਿਹੜੇ ਜਿਹੜੇ ਤੁਸੀਂ ਡਾਕੂਮੈਂਟ ਨਾਲ ਲੈਣ ਕਲੋਜ਼ ਕਰੋਗੇ ਉਹਦੀ ਲਿਸਟ ਇੱਥੇ ਲਿਖ ਦੋਗੇ, ਨਾਮ ਲਿਖ ਦੋਗੇ ਜਿਹੜਾ ਜਿਹੜਾ ਡਾਕੂਮੈਂਟ ਹੋਵੇਗਾ, ਪਲੇਸ ਆਪਣੀ ਔਰ ਡੇਟ ਜਿਹੜੀ ਜਿਸ ਦਿਨ ਫੋਰਮ ਭਰ ਰਹੇ ਹੋ ਉਹ ਭਰੋਗੇ ਅਤੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜਾ ਜੀ ਉਹ ਭੇਜਣਾ ਹੋਵੇਗਾ। ਇਹ ਨੋਟੀਫਿਕੇਸ਼ਨ ਜਿਹੜਾ ਤੁਸੀਂ ਦੇਖ ਸਕਦੇ ਹੋ ਪੰਜਾਬ ਐਂਡ ਸਿੰਧ ਬੈਂਕ ਦੇ ਵੱਲੋਂ ਡਾਇਰੈਕਟਲੀ ਆਊਟ ਕੀਤਾ ਗਿਆ ਜੀ, ਜਿਹੜਾ ਕਿ PSB ਟਰੱਸਟ ਆਫ ਡਿਵੈਲਪਮੈਂਟ ਆਫ ਐਗਰੀਕਲਚਰ ਐਂਡ ਰੂਰਲ ਇੰਪਲੋਇਮੈਂਟ ਵੱਲੋਂ ਆਊਟ ਕੀਤਾ ਗਿਆ ਹੈ। ਇਸ ਦੇ ਵਿੱਚ ਆਫਿਸ ਅਸਿਸਟੈਂਟ ਦੀ ਪੋਸਟ ਜਿਹੜੀ ਆਊਟ ਹੋਈ ਹੈ ਜੀ, ਇੱਕ ਪੋਸਟ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, ਜਿੱਦਾਂ BSW BA BCOM ਕੀਤੀ ਹੋਈ, ਕੰਪਿਊਟਰ ਦੀ ਨੌਲੇਜ ਹੈਗੀ, ਅਪਲਾਈ ਕਰ ਸਕਦੇ ਹੋ ਜੀ। ਅਕਾਊਂਟਿੰਗ ਦੀ ਜਿਹਨਾਂ ਨੂੰ ਨੌਲੇਜ ਹੈਗੀ ਹੈ ਉਹਨਾਂ ਨੂੰ ਪ੍ਰੈਫਰੈਂਸ ਜਿਹੜੀ ਇੱਥੇ ਉਹ ਮਿਲ ਸਕਦੀ ਹੈ ਜੀ। ਤੁਹਾਡੀ ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਫਲੂਐਂਸੀ ਹੋਣੀ ਉਹ ਜ਼ਰੂਰੀ ਹੋਵੇਗੀ, ਲਾਜ਼ਮੀ ਹੋਵੇਗੀ, ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ, ਇੱਥੇ 22 ਤੋਂ 40 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ, ਇਸ ਦੇ ਵਿੱਚ ਤੁਹਾਡੀ ਸਟੈਟਿੰਗ ਜਿਹੜੀ ਸੈਲਰੀ ਰਹੇਗੀ 12,000 ਪਰ ਮੰਥ ਜਿਹੜੀ ਹੈ ਜੀ, ਇਸ ਦੇ ਵਿੱਚ ਉਹ ਰਹਿਣ ਵਾਲੀ ਹੈ ਜੀ। ਔਰ ਉਸ ਤੋਂ ਬਾਅਦ ਸਿਲੈਕਸ਼ਨ ਪ੍ਰੋਸੈਸ ਜਿਹੜਾ ਗੱਲ ਕਰਾਂ, ਰਿਟਨ ਟੈਸਟ ਹੋ ਸਕਦਾ ਤੁਹਾਡਾ ਜਿਹੜਾ ਕਿ ਜਨਰਲ ਨੌਲੇਜ ਅਤੇ ਕੰਪਿਊਟਰ ਕੰਪੈਟੀਬਿਲਿਟੀ ਦੇ ਉੱਪਰ ਰਹੇਗਾ ਜੀ ਇਸ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ, ਇੱਥੇ ਇਹਦੇ ਵਿੱਚ ਤੁਹਾਡੀ ਪਰਸਨਲ ਇੰਟਰਵਿਊ ਵੀ ਹੋਵੇਗੀ, ਉਸ ਦੇ ਬੇਸਿਸ 'ਤੇ ਹੀ ਤੁਹਾਡੀ ਜਿਹੜੀ ਸਿਲੈਕਸ਼ਨ ਇਸ ਦੇ ਵਿੱਚ ਉਹ ਹੋਣ ਵਾਲੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ, ਇੱਥੇ ਇਹਦੇ ਵਿੱਚ ਨੋਟੀਫਿਕੇਸ਼ਨ ਦੇ ਲਈ ਤੁਸੀਂ ਜਿਹੜਾ ਜੀ ਅਪਲਾਈ ਇਹਨਾਂ ਦੀ ਵੈਬਸਾਈਟ 'ਤੇ ਫੋਰਮ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੁਹਾਨੂੰ ਮਿਲ ਜਾਏਗਾ ਨੋਟੀਫਿਕੇਸ਼ਨ ਦੇ ਨਾਲ, ਤੁਸੀਂ ਜਿਹੜਾ ਜੀ ਚੈੱਕ ਕਰਕੇ ਇੱਥੋਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ। ਔਰ ਸਾਰੀ ਡਿਟੇਲ ਜਿਹੜੀਆਂ ਇਹਨਾਂ ਦਿੱਤੇ ਗਏ ਇਸ ਐਡਰੈਸ ਦੇ ਉੱਪਰ ਤੁਸੀਂ ਜਿਹੜੀ ਉਹ ਭੇਜਣੀ ਹੋਵੇਗੀ। ਸੋ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਤੁਹਾਨੂੰ ਦੇ ਦੇਵਾਂਗਾ, ਚੈੱਕ ਕਰਕੇ ਇੱਥੋਂ ਅਪਲਾਈ ਕਰ ਲਿਓ। ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਡਾਊਟ ਹੁੰਦਾ ਤਾਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।